ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬੀ ਵਲੌਗ ਦਵਾਨੂ ਅਤੇ ਅੱਜ ਅਸੀਂ ਚੱਲੇ ਹਾਂ ਬਰਾੜ ਦੇ ਵਿਆਹ 'ਤੇ। ਐਕਚੁਲੀ ਹੁਣ ਤਾਂ ਹਫ਼ਤੇ ਤੋਂ ਇੱਥੇ ਹੀ ਹਾਂ ਮਲੋਟ ਮੁਕਤਸਰ ਵੱਲ, ਅਤੇ ਹੁਣ ਅਸੀਂ ਮਲੋਟ ਤੋਂ ਬਠਿੰਡੇ ਚੱਲੇ ਹਾਂ। ਵੀ ਜਿਹੜਾ ਇੱਕ ਹੋਰ ਯਾਰ ਦੋਸਤ ਆ ਬਰਾੜ, ਉਹ ਬਠਿੰਡੇ ਰਹਿੰਦਾ ਅਤੇ ਉਹਦਾ ਵਿਆਹ ਵੀ ਉੱਥੇ ਹੀ ਹੈ। ਵਿਆਹ ਤਾਂ ਸ਼ਾਇਦ ਮੁਕਤਸਰ ਰੋਡ 'ਤੇ ਆ, ਕਿੱਥੇ ਆ? ਮੁਕਤਸਰ ਹੀ ਹੈ ਵਿਆਹ ਤਾਂ, ਪਰ ਫਿਰ ਵਾਪਸ ਆਵਾਂਗੇ। ਬਟ ਅੱਜ ਉਹਦੀ ਜਾਗੋ ਹੈ ਅਤੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਕਿਵੇਂ ਰਿਹਾ ਅੱਜ ਦਾ ਫੰਕਸ਼ਨ। ਚਲੋ ਮਿਲਦੇ ਹਾਂ ਉੱਥੇ। Seconds later. ਜਾਗੋ ਪਾਰਟੀ ਤੋਂ ਬਾਅਦ ਅਸੀਂ ਪਹੁੰਚ ਗਏ ਹੋਟਲ 'ਚ। ਮੈਂ ਇਸ ਦੌਰਾਨ ਥੋੜ੍ਹੇ ਜ਼ਿਆਦਾ ਪਹੁੰਚ ਗਏ ਅਤੇ ਫਿਰ ਮੁੰਡੇ ਕਹਿੰਦੇ ਕਿ ਹੁਣ ਘਰ ਤੱਕ ਤਾਂ ਜਾਣਾ ਔਖਾ ਹੈ, ਇੱਥੇ ਹੀ ਰੁਕਾਂਗੇ। ਬਾਕੀ ਤੁਹਾਨੂੰ ਕਰਦੇ ਹਾਂ, ਕੱਲ੍ਹ ਸਵੇਰੇ ਦੱਸਦੇ ਨੇ ਕਿਵੇਂ ਰਿਹਾ ਉਸਦਾ ਦਿਨ। ਹਾਂਜੀ, ਅਤੇ ਫਾਈਨਲੀ ਨੈਕਸਟ ਡੇ ਅਸੀਂ ਦੁਬਾਰਾ ਪਹੁੰਚ ਗਏ ਬਰਾੜ ਦੇ ਘਰ। ਅੱਜ ਫਿਰ ਜਾਗੋ ਹੀ ਹੈ ਅਤੇ ਐਕਚੁਅਲੀ ਉਹਨਾਂ ਨੇ ਰਿਸਟ੍ਰਿਕਸ਼ਨਸ ਕਰਕੇ ਕਹਿੰਦੇ ਦੋ ਆਰਡਰ ਜਾਗੋਆਂ ਕਰਨੀਆਂ, ਦੋ ਡਿਫਰੈਂਟ ਡਿਫਰੈਂਟ ਡੇਜ਼ 'ਤੇ। ਅਤੇ ਕੱਲ੍ਹ ਪਿੰਡ ਵਾਲੇ ਸੀਗੇ ਇਹਨਾਂ ਦੇ, ਅੱਜ ਬਾਕੀ ਜਾਣੇ ਅਤੇ ਅੱਜ ਵੀ ਦਿਖਾਉਂਦੇ ਹਾਂ ਜਾਗੋ ਕਿਵੇਂ ਰਹੀ, ਬਾਕੀ ਸਾਰਾ ਦਿਨ ਕਿਵੇਂ ਰਿਹਾ। ਚਲੋ A few moments later. ਫਿਰ ਬਰਾੜ ਸਾਹਿਬ ਤਿਆਰੀ ਹੈ ਪੂਰੀ, ਬਸ ਇਨ ਫਿਊ ਮਿੰਟਸ ਬਰਾੜ ਦੀ ਤਿਆਰੀ ਹੈ। ਨਹੀਂ ਨਹੀਂ ਚਲੋ ਕੋਈ ਨਹੀਂ, ਇਹ ਵੀ ਲਾਈਫ ਦਾ ਐਕਸਪੀਰੀਅੰਸ ਕਰਨਾ, ਕੋਈ ਨਹੀਂ ਛੇਤੀ ਅਸੀਂ ਵੀ ਕਰਾਂਗੇ ਮੇ ਬੀ ਅਗਲੇ ਸਾਲ, ਬਾਕੀ ਦੇਖਦੇ ਹਾਂ। Thank you.
ਫਾਈਨਲੀ ਸ਼ਗਨਾਂ ਤੋਂ ਬਾਅਦ ਰਸਮਾਂ ਤੋਂ ਬਾਅਦ ਜਿਹੜੀਆਂ ਘਰ ਆ ਕੇ ਕਰਨੀਆਂ ਸੀਗੀਆਂ ਉਸ ਤੋਂ ਬਾਅਦ ਆਪਾਂ ਤੁਰ ਪਏ ਹਾਂ ਪਟਿਆਲੇ ਨੂੰ। ਅੱਜ ਦਾ ਵਿਆਹ ਵਾਲਾ ਵਲੌਗ ਆਪਾਂ ਤਾਂ ਇੱਥੇ ਖਤਮ ਕਰਦੇ ਹਾਂ, ਪਰ ਹਜੇ ਬਰਾੜ ਦੇ ਘਰ ਦੋ ਦਿਨ ਹੋਰ ਫੰਕਸ਼ਨ ਹੈ। ਐਕਚੁਲੀ ਉਹਨਾਂ ਨੇ ਰਿਸੈਪਸ਼ਨ ਪਾਰਟੀ ਕੈਂਸਲ ਕਰਕੇ ਅਤੇ 5 ਦਿਨ ਫੰਕਸ਼ਨ ਹੀ ਕਰ ਲਿਆ ਸੀਗਾ ਲਗਾਤਾਰ 25 ਤਰੀਕ ਤੋਂ ਲੈ ਕੇ 29 ਤਰੀਕ ਤੱਕ। ਅਤੇ ਬਟ ਮੈਂ ਪਟਿਆਲੇ ਵੀ ਜਾਣਾ ਅਤੇ ਮੈਂ ਵਾਪਸ ਮੁੜ ਕੇ, ਮੇਰੀ ਫਲਾਈਟ ਵੀ ਹੈ, ਅਤੇ ਤਾਂ ਕਰਕੇ ਫਿਰ ਮੈਂ ਅੱਜ ਇੱਥੇ ਖਤਮ ਕਰ ਰਿਹਾ ਵਲੌਗ ਵੀ। ਅਤੇ ਆਪਾਂ ਬਠਿੰਡੇ ਤੋਂ ਅੱਜ ਫਿਰ ਦੁਬਾਰਾ ਪਟਿਆਲੇ ਚੱਲੇ ਹਾਂ, ਰਾਤ ਨੂੰ ਪਹੁੰਚ ਜਾਵਾਂਗੇ ਅਤੇ ਮਿਲਦੇ ਹਾਂ ਤੁਹਾਨੂੰ ਅਗਲੇ ਨੈਕਸਟ ਵਲੌਗ 'ਚ।